ਹਾਂਜੀ ਫਰੈਂਡਸ ਵੈਲਕਮ ਟੂ ਇਨਫੋ ਬੋਰਟਲ ਗਵਰਨਮੈਂਟ ਜੋਬਸ ਆਪ ਸਭ ਨੂੰ 72ਵੇਂ ਗਣਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਰਿਪਬਲਿਕ ਡੇ ਅੱਜ ਗੱਲ ਕਰਾਂਗੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮਾਨਸਾ ਵੀ ਕਿ ਨਿਕਲੀਆਂ ਹੋਈਆਂ ਪੋਸਟਸ ਬਾਰੇ ਕਿੰਨੀਆਂ ਪੋਸਟਸ ਨੇ ਕੀ ਕੁਆਲਿਫਿਕੇਸ਼ਨ ਰਹੇਗੀ ਸਾਰੀ ਗੱਲ ਕਰਾਂਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅਗਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਨੌਕਰੀ ਆਵੇ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ ਜਿਆਦਾ ਦੇਰ ਨਾ ਲਾਉਂਦੇ ਹੋਏ ਵੀਡੀਓ ਸਟਾਰਟ ਕਰਦੇ ਹਾਂ ਜੀ ਟੋਟਲ ਜਿਹੜੀਆਂ ਪੋਸਟਸ ਨੇਗੀਆਂ ਜੀ ਇਹ 7 ਨੇਗੀਆਂ ਪੀਐਨ ਦੀਆਂ ਤੇ 2 ਨੇਗੀਆਂ ਪ੍ਰੋਸੈਸ ਸਰਵਰ ਦੀਆਂ ਜਿਨ੍ਹਾਂ ਦੀ ਲਾਸਟ ਡੇਟ 8/2/2021 ਹੈ ਜੀ ਸ਼ਾਮ ਨੂੰ 5 ਵਜੇ ਤੱਕ ਕੁਆਲਿਫਿਕੇਸ਼ਨ ਕਰਟੇਰੀਆ ਕਿਵੇਂ ਰਹੇਗਾ ਉਹਦੀ ਗੱਲ ਕਰਦੇ ਆਪਾਂ ਜਿਹੜੀਆਂ 7 ਪੋਸਟਸ ਨੇਗੀਆਂ ਪੀਐਨ ਦੀਆਂ ਜੀ ਜੀ ਉਸ ਵਿੱਚੋਂ ਦੋ ਜਨਰਲ ਦੀਆਂ ਇੱਕ ਫਿਜ਼ੀਕਲੀ ਹੈਂਡੀਕੈਪਟ ਇੱਕ ਦੋ ਐਸਸੀ ਦੀਆਂ ਦੋ ਬੀਸੀ ਦੀਆਂ ਨੇ ਜੀ ਫਿਕਸਡ ਮੰਥਲੀ ਅਮਾਲੁਮੈਂਟਸ ਰਹਿਣਗੇ ਜੀ 4900 ਪਰ ਮੰਥ ਦੇ ਪੇ ਸਕੇਲ 4910 680 ਚੋਂ 1650 ਗ੍ਰੇਡ ਪੇ ਨਾਲ ਜੀ ਕੈਂਡੀਡੇਟ ਹੈ ਜਿਹੜਾ ਉਹਨੂੰ 10ਵੀਂ ਪੱਧਰ ਤੱਕ ਦੀ 8ਵੀਂ ਪੱਧਰ ਤੱਕ ਦੀ ਜਿਹੜੀ ਪੰਜਾਬੀ ਹੈ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਉਹਨੇ ਕੈਂਡੀਡੇਟ ਹੈ ਜਿਹੜਾ ਉਹਦੀ ਏਜ ਹੋਣੀ ਚਾਹੀਦੀ ਹੈ 18 ਤੋਂ 35 ਸਾਲ ਦੇ ਵਿੱਚ 1 ਇੱਕ 2021 ਤੱਕ ਬਾਕੀ ਜਿਹੜੀ ਏਜ ਰਿਲੈਕਸੇਸ਼ਨ ਰਹੇਗੀ ਉਹ ਐਸ ਪਰ ਕੈਟਾਗਰੀ ਰਹੇਗੀ ਰਿਜ਼ਰਵੇਸ਼ਨ ਰਹੇਗੀ ਜੀ ਫੋਰ ਸੈਲ ਸਰਵਰ ਦੀਆਂ ਦੋ ਪੋਸਟਸ ਨੇ ਇੱਕ ਜਰਨਲ ਦੀ ਇੱਕ BCISM ਦੀ ਇਹਨਾਂ ਦੀ ਵੀ ਫਿਕਸਡ ਸੈਲਰੀ ਜਿਹੜੀ ਰਹੇਗੀ 4900 ਪਰ ਮੰਥ ਰਹੇਗੀ ਇਹਦਾ ਪੇ ਸਕੇਲ 10680 1800 ਗ੍ਰੇਡ ਪੇਚੋ ਕੈਂਡੀਡੇਟ ਹੈ ਜਿਹੜਾ ਉਸ ਨੇ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਕਟੋਟ ਕਵਾਲੀਫਿਕੇਸ਼ਨ ਕੀ ਹੈ ਜੀ ਇਹਨਾਂ ਨੇ ਜਿਆਦਾ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟ ਵੀ ਹੈ ਜਿਹੜੇ ਉਹ ਅਪਲਾਈ ਕਰ ਸਕਦੇ ਨੇ ਅੱਗੇ ਗੱਲ ਕਰ ਲੈਣੇ ਜੀ ਇੰਟਰਵਿਊ ਹੈ ਜਿਹੜੀ ਪੋਸਟ ਆਫ ਦਾ ਪੀਐਨ ਦੇ ਰਹੀ ਲਹੇਗੀ ਦਾ ਏਡੀਆਰ ਸੈਂਟਰ ਕੋਰਟ ਕੰਪਲੈਕਸ ਮਾਨਸਾ ਐਸ ਪਰ ਬੈਲੋ ਮੈਂਸ਼ਨ ਸ਼ਡਿਊਲ ਕੋਰਟ ਕੰਪਲੈਕਸ ਮਾਨਸਾ ਵਿੱਚ ਜਿਹੜੀ ਇਹਨਾਂ ਦੀ ਪੋਸਟ ਪੋਸਟਸ ਨੇ ਜਿਹੜੀ ਉਹਨਾਂ ਦੀ ਇੰਟਰਵਿਊ ਜਿਹੜੀ ਰਹੇਗੀ ਉਹਦੀ ਇਸ ਪ੍ਰਕਾਰ ਹੈ A ਤੋਂ D ਤੱਕ ਜਿਨ੍ਹਾਂ ਦੇ ਨਾਮ ਨੇ ਉਹਨਾਂ ਦੀ ਜਿਹੜੀ ਇੰਟਰਵਿਊ ਰਹੇਗੀ 18 ਦੂ 2021 ਨੂੰ E ਤੋਂ J ਆ ਜਿਹੜੇ ਉਹਨਾਂ ਦੀ ਇੰਟਰਵਿਊ ਰਹੇਗੀ 19 ਦੂ 2021 ਨੂੰ K ਤੋਂ N ਨੇ ਜਿਹੜੇ ਜੀ ਉਹਨਾਂ ਦੀ ਇੰਟਰਵਿਊ ਰਹੇਗੀ 20 ਦੂ 2021 ਨੂੰ O ਤੋਂ R ਆ ਜਿਹੜੇ ਉਹਨਾਂ ਦੀ ਇੰਟਰਵਿਊ ਰਹੇਗੀ 22 ਦੂ 2021 ਨੂੰ S ਤੋਂ Z ਜਿਹੜੀ 23 ਦੂ 2021 ਨੂੰ ਜੀ ਇੰਟਰਵਿਊ ਫੋਰ ਦਾ ਪੋਸਟ ਆਫ ਪ੍ਰੋਸੈਸ ਸਰਵਰ ਪ੍ਰੋਸੈਸ ਸਰਵਰ ਦੇ ਲਈ ਜਿਹੜੀ ਇੰਟਰਵਿਊ ਰਹੇਗੀ ਏ ਡੀ ਆਰ ਸੈਂਟਰ ਕੋਡ ਕੰਪਲੈਕਸ ਵਿਕੇ A2H2422021 ਤੱਕ ਜੀ I2P ਤੱਕ 2522021 ਤੱਕ ਜੀ Q2Z 202622021 ਨੂੰ ਜੀ ਇਹ ਡੇਟਸ ਦਿੱਤੀਆਂ ਨੇ ਅਲਫਾਬੈਟ ਦੇ ਅਕੋਰਡਿੰਗ ਜਿਹੜੇ ਜਨੇ ਦਾ ਮੰਨ ਲਓ ਕਿਸੇ ਕੈਂਡੀਡੇਟ ਦਾ ਕੋਈ ਵੀ ਲੈਟਰ ਦੇ ਨੇਮ ਹੈ ਠੀਕ ਹੈ ਉਸ ਨੇਮ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਡੇਟ ਹੈ ਉਸ ਡੇਟ ਨੂੰ ਉਹਨਾਂ ਨੇ ਇੰਟਰਵਿਊ ਲਈ ਹਾਜ਼ਰ ਹੋਣਾ ਹੈ ਅੱਗੇ ਗੱਲ ਕਰ ਲੈਣਾ ਜਿਹੜੀਆਂ ਸੈਲਫ ਟੈਸਟਡ ਫੋਟੋ ਕਾਪੀਜ਼ ਲੇਗੀਆਂ ਆਪਦੀਆਂ ਡੇਟ ਆਫ ਬਰਥ ਹੈ ਕੈਟਾਗਰੀ ਹੈ ਜੋ ਵੀ ਹੈ ਉਹ ਜਿਹੜੀਆਂ ਐਪਲੀਕੇਸ਼ਨ ਫਾਰਮ ਹੋਏਗਾ ਉਹਦੇ ਨਾਲ ਤੁਸੀਂ ਲਗਾਉਣੀਆਂ ਨੇ ਅਤੇ ਸ਼ਾਮ 5 ਵਜੇ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਨੇ ਚਾਹੇ ਬਾਈ ਹੈਂਡ ਫੜਾਓ ਚਾਹੇ ਬਾਈ ਪੋਸਟ ਫੜਾਓ 8/2/2021 लास्ट डेट है जी शाम 5:00 बजे तक इनकंप्लीट एप्लीकेशन ने ਜਿਹੜੀਆਂ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਜੀ ਕੋਈ ਵੀ ਕੈਂਡੀਡੇਟ ਹੈ ਜਿਹੜਾ ਇੰਟਰਵਿਊ ਤੇ ਆਏਗਾ ਉਸ ਨੂੰ ਕੋਈ TADA ਕੁਝ ਨਹੀਂ ਮਿਲੇਗਾ ਤੇ オリジナル ਜਿਹੜੇ ਸਰਟੀਫਿਕੇਟ ਨੇ ਉਹ ਆਪਣੇ ਨਾਲ ਲੈ ਕੇ ਆਉਣੇ ਨੇ ਐਪਲੀਕੇਸ਼ਨ ਨੇ ਜਿਹੜੀਆਂ ਉਹ ਪਰਫਾਰਮਾ ਜਿਹੜਾ ਵੈਬਸਾਈਟ ਤੋਂ ਦਿੱਤਾ ਜਾਊਗਾ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਜਿਹੜਾ ਪਰਫਾਰਮਾ ਇਹਦੇ ਵਿੱਚ ਹੈ ਠੀਕ ਹੈ ਕਿਵੇਂ ਪਰ ਨੇ ਉਹਦੀ ਗੱਲ ਆਪਾਂ ਕਰਾਂਗੇ ਜਿਹੜੀਆਂ ਪੋਸਟਾਂ ਨੇ ਘਟਾਈਆਂ ਵਧਾਈਆਂ ਜਾ ਸਕਦੀਆਂ ਜਾਂ ਡਿਲੀਟ ਕੈਨਸਲ ਕੀਤੀਆਂ ਜਾਂਦੀਆਂ ਇਹਦਾ ਹੱਕ ਇਹਨਾਂ ਕੋਲੇ ਰੱਖਮ ਹੈ ਜੀ ਅੱਗੇ ਗੱਲ ਕਰ ਲੈਨੇ ਆਪਾਂ ਕੈਂਡੀਡੇਟ ਹੈ ਜਿਹੜੇ ਐਕਸਪੀਰੀਅੰਸ ਹੈ ਜਿੰਨਾਂ ਕੋਲੇ ਉਹ ਆਪ ਦਾ ਐਕਸਪੀਰੀਅੰਸ ਨਾਲ ਅਟੈਚ ਕਰਨਗੇ ਰਿਜ਼ਰਵਰ ਕੈਂਡੀਡੇਟ ਦੀ ਜਿਹੜੀ ਅਪੋਇੰਟਮੈਂਟ ਹੈ ਠੀਕ ਹੈ ਉਹ ਜਨਰਲ ਕੈਟੇਗਰੀ ਵੱਲੋਂ ਭਰੀ ਜਾਊਗੀ ਅਗਰ ਕੋਈ ਕੈਂਡੀਡੇਟ ਹੈ ਜਿਹੜਾ ਰਿਜ਼ਰਵਰ ਕੈਟਾਗਰੀ ਦਾ ਨਹੀਂ ਮਿਲਦਾ ਤਾਂ ਉਹਨਾਂ ਦੀ ਜਿਹੜੀ ਸੀਟ ਹੈ ਉਹ ਸੀਟ ਜਨਰਲ ਕੈਟਾਗਰੀ ਨਾਲ ਭਰੀ ਜਾਏਗੀ ਜੀ ਐਨਵੈਲਪੇ ਜਿਹੜਾ ਉਹਦੇ ਉੱਪਰ ਤੁਸੀਂ ਸਾਫ ਸ਼ਬਦਾਂ ਵਿੱਚ ਲਿਖਣਾ ਹੈ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪੀਐਨ ਜਾਂ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਪ੍ਰੋਸੈਸ ਸਰਵਰ ਇਹਨਾਂ ਨੇ ਤਾਂ ਇਕੱਠਾ ਲਿਖਦਾ ਜੀ ਪਰ ਤੁਸੀਂ ਅਗਰ ਦੋ ਪੋਸਟਾਂ ਲਈ ਅਪਲਾਈ ਕਰ ਰਹੇ ਹੋ ਪੀਐਨ ਦੀ ਪੋਸਟ ਲਈ ਵੀ ਅਪਲਾਈ ਕਰ ਰਹੇ ਹੋ ਪ੍ਰੋਸੈਸ ਸਰਵਰ ਵੀ ਅਪਲਾਈ ਕਰ ਰਹੇ ਹੋ ਤਾਂ ਦੋ ਪੋਸਟਾਂ ਦੇ ਅਲੱਗ-ਅਲੱਗ ਐਨਵੈਲਪ ਮਤਲਬ ਕਿ ਅਲੱਗ-ਅਲੱਗ ਲਫਾਫਿਆਂ ਦੇ ਵਿੱਚ ਆਪਦੇ ਜਿਹੜੇ ਐਪਲੀਕੇਸ਼ਨ ਫਾਰਮ ਦੇ ਨਾਲ ਡਾਕੂਮੈਂਟਸ ਲਗਾ ਕੇ ਭੇਜੋਗੇ ਇੱਕ ਲਫਾਫੇ ਦੇ ਉੱਪਰ ਕਦੇ ਵੀ ਦੋ ਪੋਸਟਾਂ ਦਾ ਨਾਮ ਨਹੀਂ ਲਿਖਣਾ ਵੀ ਐਪਲੀਕੇਸ਼ਨ ਫੋਰ ਪੋਸਟ ਆਫ ਦਾ ਪੀਐਨ ਜਾਂ ਪੋਸਟ ਆਫ ਪ੍ਰੋਸੈਸ ਸਰਵਰ ਉਹ ਜਿਹੜੀ ਤੁਹਾਡੀ ਐਪਲੀਕੇਸ਼ਨ ਹੈ ਸਿਰਫ ਇੱਕ ਕੋ ਕੈਟਾਗਰੀ ਲਈ ਹੀ ਅਪਲਾਈ ਹੋਏਗੀ ਇੱਕ ਪੋਸਟ ਲਈ ਹੀ ਅਪਲਾਈ ਹੋਏਗੀ ਇਸ ਲਈ ਅਗਰ ਦੋਨੇ ਪੋਸਟਾਂ ਲਈ ਅਪਲਾਈ ਕਰਨਾ ਹੈ ਤਾਂ ਵਕ ਵਕ ਲਫਾਫਿਆਂ ਦੇ ਵਿੱਚ ਵਕ ਵਕ ਐਨਵੈਲਪ ਦੇ ਵਿੱਚ ਦੋਨੇ ਪੋਸਟਾਂ ਦਾ ਨਾਮ ਲਿਖ ਕੇ ਸੈਂਡ ਕਰਨਾ ਹੈ ਠੀਕ ਹੈ ਜੀ ਅਗਰ ਤੁਸੀਂ ਪੀ ਐਨ ਦੇ ਲਈ ਕਰਨਾ ਤਾਂ ਪੀ ਐਨ ਦਾ ਅਲੱਗ ਪ੍ਰੋਸੈਸ ਲਈ ਕਰਨਾ ਪ੍ਰੋਸੈਸ ਸਰਵਰ ਲਈ ਅਲੱਗ ਇਹੇ ਚੀਜ਼ਾਂ ਨੇ ਜੀ ਇਹਨਾਂ ਨੇ ਦੱਸਿਆ ਹੋਇਆ ਚੜ੍ਹਦੀ ਕਲਾ ਚ 25 1 2000 ਅ 21 ਨੂੰ ਜਿਹੜਾ ਪ੍ਰਕਾਸ਼ਿਤ ਹੋਇਆ ਸੀ ਉਹਨਾਂ ਚ ਇਹਨਾਂ ਨੇ ਐਡ ਦਿੱਤੀ ਹੈ ਜਿਹੜਾ এমਪਲॉयਮੈਂਟ ਜਰਨਲ ਐਂਡ ਟ੍ਰੇਨਿੰਗ ਆਫੀਸਰ ਮਾਨਸਨ ਹੈ ਉਹਨਾਂ ਨੂੰ ਵੀ ਕਹਿ ਵੀ ਜਿਹੜੇ ਐਲੀਜੀਬਲ ਕੈਂਡੀਡੇਟਸ ਨੇ ਉਹਨਾਂ ਦੀ ਲਿਸਟ ਸੈਂਡ ਕਰੋ ਲਾਸਟ ਡੇਟ ਫਿਕਸਡ ਫॉर ਰਿਸਿਪਟ ਆਫ ਅਪਲੀਕੇਸ਼ਨ ਜਿੰਦੇ ਜਿਨ੍ਹਾਂ ਨੇ এমਪਲॉयਮੈਂਟ ਜਨਰੇਸ਼ਨ ਚ ਦਿੱਤਾ ਹੈ ਉਹ ਵੀ ਧਿਆਨ ਕਰ ਲਓ ਇਸ ਚੀਜ਼ ਨੂੰ ਅਪਲੋਡ ਕਰ ਲੀកਿਆ ਵੈਬਸਾਈਟ ਨੂੰ બસ ਬਾਕੀ ਹੁਣ ਆਪਾਂ ਗੱਲ ਕਰ ਲੈਨੇ ਅੱਗੇ ਐਪਲੀਕੇਸ਼ਨ ਫਾਰਮ ਦੀ ਐਪਲੀਕੇਸ਼ਨ ਫਾਰਮ ਹੈ ਜਿਹੜਾ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਐਜ਼ ਆਨ ਏਜ ਐਜ਼ ਆਨ ਕੈਲਕੂਲੇਟ ਕਰਨੀ ਹੈ 1-1-2021 ਤੱਕ ਜਦੋਂ ਤੁਸੀਂ ਵੈਬਸਾਈਟ ਦੇ ਉੱਪਰ ਜਾਂ ਗੂਗਲ ਉੱਪਰ ਕਲਿੱਕ ਕਰੋਗੇ ਨਾ ਏਜ ਕੈਲਕੂਲੇਟਰ ਏਜ ਕੈਲਕੂਲੇਟਰ ਕਰੋਗੇ ਉੱਥੇ ਆਪਣੀ ਡੇਟ ਆਫ ਬਰਥ ਪਾ ਕੇ نیچے ਕਦੋਂ ਤੱਕ ਪਾਉਣਾ ਹੈ 1-1-2021 ਤੱਕ ਏਅਰਸ ਮੰਥ ਤੇ ਡੇਜ਼ ਨਿਕਲਿਆ ਆਏਗਾ ਇਸੇ ਤਰ੍ਹਾਂ ਹੀ ਆਪਣਾ ਟੈਗ ਗੁਰੂ ਨਾ ਦਾ ਚੈਨਲ ਬਣਿਆ ਹੋਇਆ ਉਹ ਤੁਸੀਂ ਦੇਖੋਗੇ ਆਪਣੇ ਜਦੋਂ ਇਨਫੋ ਬੋਰਡ ਅਗਰਮੈਂਟ ਜੋ ਵਾਲਾ ਚੈਨਲ ਦੇਖੋਗੇ ਉਸੇ ਚੈਨਲ ਦੇ ਉੱਪਰ نیچے ਟੈਗ ਗੁਰੂ ਨਾ ਦਾ ਚੈਨਲ ਤੁਹਾਨੂੰ ਦੇ ਦਏਗਾ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਲਓ ਕਿਉਂਕਿ ਇਹੋ ਜਿਹੀਆਂ ਟੈਕਨੀਕਲ ਵੀਡੀਓਜ਼ ਨੇ ਜਿਹੜੀਆਂ ਆਪਾਂ ਉਹ ਆਪਣੇ ਚੈਨਲ ਤੇ ਪਾਇਆ ਕਰਾਂਗੇ ਜੀ ਅਗਰ ਫੇਰ ਵੀ ਕੁਝ ਸਮਝ ਨਹੀਂ ਆਇਆ ਤਾਂ ਕਮੈਂਟ ਜ਼ਰੂਰ ਕਰ ਦਿਓ ਐਜੂਕੇਸ਼ਨਲ ਕੁਆਲੀਫਿਕੇਸ਼ਨ ਜਿੰਨੀ ਤੁਹਾਡੀ ਕੁਆਲੀਫਿਕੇਸ਼ਨ ਬਣਦੀ ਹੈ ਉਹ ਪੜ ਸਕਦੇ ਹੋ ਜਿਹੜੀ ਪੀਐਨ ਦੀ ਪੋਸਟ ਲਈ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ 8th ਹੈ ਜੀ ਮਿਡਲ ਸਟੈਂਡਰਡ ਤੇ ਜਿਹੜੀ ਪ੍ਰੋਸੈਸ ਸਰਵਰ ਉਹਦੇ ਲਈ 10th ਹੈ ਅਪਰ ਕੁਆਲੀਫਿਕੇਸ਼ਨ ਹਾਇਰ ਕੁਆਲੀਫਿਕੇਸ਼ਨ ਤੁਸੀਂ ਦੇ ਸਕਦੇ ਹੋ ਅਦਰ ਕੁਆਲੀਫਿਕੇਸ਼ਨ ਕੀ ਹੈ ਐਕਸਪੀਰੀਅੰਸ ਕੀ ਹੈ ਜੇ ਐਕਸਪੀਰੀਅੰਸ ਤੁਹਾਡਾ ਹੈਗਾ ਤਾਂ ਉਹ ਨਾਲ ਜਰੂਰ ਲਗਾ ਦੇਓ ਆਪਦਾ ਕੈਟਾਗਰੀ ਕਿਹੜੀ ਚ ਅਪਲਾਈ ਕਰ ਰਹੇ ਹੋ ਜਰਨਲ ਐਫ ਐਸ ਸੀ ਐਸ ਸੀ ਬੀ ਸੀ ਪੀ ਸੀ ਇਸ ای ਐਸ ਐਮ ਜਿਹੜੀਆਂ ਕੈਟਾਗਰੀ ਚ ਇਹਨਾਂ ਦੀਆਂ ਪੋਸਟ ਨੇ ਸੀ ਉਹਨਾਂ ਚ ਹੀ ਅਪਲਾਈ ਕਰਿਓ ਅਦਰ ਕੈਟਾਗਰੀ ਚ ਅਪਲਾਈ ਨਾ ਕਰਿਓ ਜਿਵੇਂ ای ڈبلیو سکینڈिडेट्स ਨੇਗੇ ਪਰ ای ڈبلیو ایس ਦੀ ਕੋਈ پوسਟ ਨਹੀਂ ਹੈਗੀ ਇਸ ਲਈ ਤੁਸੀਂ ਉਹ ক্যাਟਾਗਰੀ ਚ ਅਪਲਾਈ ਨਹੀਂ ਕਰ ਸਕਦੇ ਪਰਮਾਨੈਂਟ ایڈریس ਹੈ ਜਿਹੜਾ ਉਹ ਦੱਸ ਦਿਓ ਪੋਸਟਲ ایڈریس ਕੰਟੈਕਟ ਨੰਬਰ ਤੇ ਈਮੇਲ ਆਡ ਆਈਡੀ ਉਹੀ ਦਿਓ ਜੀ ਜਿਹੜੀ ਤੁਹਾਡੀ ਚੱਲਦੀ ਹੋਵੇ ਠੀਕ ਹੈ ਜੀ ਕਈ ਵਾਰੀ ਕੰਟੈਕਟ ਹੈ ਜਿਹੜਾ ਜਦ ਫੋਨ ਨੰਬਰ ਨਹੀਂ ਮਿਲਦਾ ਈਮੇਲ ਆਈਡੀ ਕਰ ਦਿੰਦੇ ਫੋਨ ਨੰਬਰ ਵੀ ਆਪਣਾ ਉਹੀ ਦਿਓ ਜਿਹੜਾ ਲਗਾਤਾਰ ਤੁਸੀਂ ਚੱਲਦਾ ਰੱਖ ਸਕੋ ਜੀ এনক্লোজারস ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਨਾਲ ਲਗਾ ਰਹੇ ਹੋ ਉਹ ਸਾਰੇ ਲਿਖ ਦੇਣਾ ਜੀ نیچے ਆਪਣੇ ਸਿਗਨੇਚਰ ਕਰ ਦੇਣਾ ਡੇਟ ਐਂਡ ਪਲੇਸ ਅਗਰ ਫਿਰ ਵੀ ਕੁਝ ਨਹੀਂ ਸਮਝ ਆਇਆ ਪਤਾ ਨਹੀਂ ਲੱਗਿਆ ਤਾਂ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਓ ਵਾਰ-ਵਾਰ ਇਸ ਲਈ ਕਹਿੰਨੇ ਆ ਜਦੋਂ ਵੀ ਪੋਸਟ ਆਉਣ ਉਹਨਾਂ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਡਿਸਕ੍ਰਿਪਸ਼ਨ ਦੇ نیچے ਦੇਖੋਗੇ WhatsApp ਗਰੁੱਪ ਤੇ Telegram ਚੈਨਲ ਦੇ ਲਿੰਕ ਦਿੱਤੇ ਹੋਏ ਆ Facebook ਪੇਜ ਦਾ ਲਿੰਕ ਦਿੱਤਾ ਹੋਇਆ ਉਹ ਤੋਂ ਪੇਜ ਜੁਆਇਨ ਕਰ ਲਓ ਠੀਕ ਹੈ ਜੀ ਹਰ ਇੱਕ ਜਗ੍ਹਾ ਤੋਂ ਜਿਹੜੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਉਹ ਵੱਧ ਤੋਂ ਵੱਧ ਜਾਣਕਾਰੀ ਤੁਸੀਂ ਲਓ ਹੋਰ ਪੋਸਟਾਂ ਪਾਈਆਂ ਨੇ ਆਪਣੇ ਚੈਨਲ ਤੇ ਰੈਗੂਲਰ ਪੋਸਟਸ ਪਾਈਆਂ ਹੋਈਆਂ ਨੇ ਆਪਾਂ ਆਪਣੇ ਚੈਨਲ ਤੇ ਦੇਖੋ ਚੈਨਲ ਨੂੰ ਵਿਜ਼ਿਟ ਕਰੋ ਠੀਕ ਹੈ ਜੀ ਜਿਹੜੀਆਂ ਪੋਸਟਸ ਨੂੰ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਹੋ ਉਹਨਾਂ ਨੂੰ ਅਪਲਾਈ ਕਰੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਯਾਰਾ ਦੋਸਤਾਂ ਨੂੰ ਜੋ ਹੋ ਸਕਦਾ ਹੈ ਕਿਸੇ ਹੋਰ ਨੂੰ ਵੀ ਕੋਈ ਪੋਸਟਾਂ ਦਾ ਪਤਾ ਲੱਗ ਜੇ ਠੀਕ ਹੈ ਜੀ ਬਾਕੀ ਹੋਰ ਪੋਸਟਾਂ ਦੇ ਨਾਲ ਹੋਰ ਜਾਣਕਾਰੀ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਿਡ